ਜਦੋਂ 12 ਤਰੀਕ ਨੂੰ ਹਰਜੀਤ ਸਿੰਘ ਦਾ ਕਾਂਡ ਪਟਿਆਲੇ ਜ਼ਿਲ੍ਹੇ ਵਿੱਚ ਵਾਪਰਿਆ ਮਤਲਬ ਅਤੇ ਉਹਨਾਂ ਨੂੰ ਬਹੁਤ ਮਾਣ ਸਨਮਾਨ ਮਿਲਿਆ ਮਤਲਬ ਉਹਨਾਂ ਦੀ ਖੱਬੀ ਬਾਂਹ ਵੱਢੀ ਗਈ ਸੀ ਮੇਰੀ ਇਹਨੇ ਵੀ ਟੁੱਟ ਕੇ ਲੰਬ ਗਈ ਸੀ ਹਰ ਕਈ ਮਿਲ ਤੁਸੀਂ ਜਿਹੜਾ ਹਰਜੀਤ ਸਿੰਘ ਨੂੰ ਸਨਮਾਨ ਮਿਲਿਆ ਹੈਗਾ ਤੁਹਾਨੂੰ ਜਦੋਂ ਸੱਟ ਲੱਗੀ ਹੈ ਤੁਹਾਡੇ 'ਤੇ ਹਮਲਾ ਹੋਇਆ ਉਸ ਤੋਂ ਬਾਅਦ ਕੋਈ ਅਫਸਰ ਤੁਹਾਡੇ ਕੋਲ ਗਿਆ ਹੋਵੇ ਤੁਹਾਡੀ ਸਾਰ ਲੈਣ ਗਿਆ ਹੋਵੇ ਨਹੀਂ ਜੀ ਸਾਡੇ ਕੋਈ ਅਫਸਰ ਨਹੀਂ ਹੈ ਸਾਡੇ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਪੰਜਾਬ ਪੁਲਿਸ ਦਾ ਮੁਖੀ ਮੁੱਖ ਮੰਤਰੀ ਸਾਹਿਬ ਤੱਕ ਜਿਹੜਾ ਹਸਪਤਾਲ ਦਾ ਪੁੱਛਦੇ ਰਹੇ ਨੇ ਉੱਥੋਂ ਛੁੱਟੀ ਦਵਾ ਕੇ ਆਏ ਨੇ ਉਹਨਾਂ ਨੇ ਬਕਾਇਦਾ ਪ੍ਰਮੋਟ ਵੀ ਕੀਤਾ ਉਹਨਾਂ ਦੇ ਲੜੀ ਬੱਚੇ ਨੂੰ ਜਿਹੜੀ ਨੌਕਰੀ ਵੀ ਦਿੱਤੀ ਮਤਲਬ ਅਤੇ ਪਰ ਸਾਨੂੰ ਜਿਹੜਾ ਕੁਛ ਵੀ ਨਹੀਂ ਤਾਂ ਮੇਰੇ ਪਰਿਵਾਰ ਮੈਂਬਰ ਬਹੁਤ ਜਿਹੜਾ ਨਾ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਵੀ ਸਾਨੂੰ ਕਿਉਂ ਨਹੀਂ ਇਸ ਤਰ੍ਹਾਂ ਜਿਹੜਾ ਮਾਣ ਸਨਮਾਨ ਜੋ ਪੰਜਾਬ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਹਰਜੀਤ ਸਿੰਘ ਦਾ ਮਾਣ ਸਨਮਾਨ ਕੀਤਾ ਗਿਆ ਕ੍ਰਿਸ਼ਨ ਲਾਲ ਦਾ ਨਹੀਂ ਹੋਇਆ ਕੀ ਸੋਚ ਬਹੁਤ ਮਹਿਸੂਸ ਹੁੰਦਾ ਜੀ ਅਤੇ ਅਸੀਂ ਸਰਕਾਰ ਤੋਂ ਬਹੁਤ ਨਾਰਾਜ਼ ਹੈਗੇ ਹਾਂ ਜੀ ਹਰਜੀਤ ਸਿੰਘ ਨੂੰ ਬਹੁਤ ਮਾਣ ਸਨਮਾਨ ਮਿਲਿਆ ਸਾਨੂੰ ਕੁਛ ਨਹੀਂ ਮਿਲਿਆ ਡੀ ਐੱਸ ਪੀ ਜਿਹੜਾ ਇੱਥੋਂ ਦਾ ਐੱਸ ਪੀ ਐੱਸ ਐੱਸ ਪੀ ਦਫ਼ਤਰ 'ਚੋਂ ਕੋਈ ਫੋਨ ਕਾਲ ਜਾਂ ਤੁਹਾਡਾ ਸਾਰ ਲੈਣ ਆਏ ਨਾ ਜੀ ਕਿਸੇ ਦਾ ਕੋਈ ਫੋਨ ਨਹੀਂ ਆਇਆ ਇਸ ਵਾਸਤੇ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕਾਲੀ ਵੰਡ ਨਾ ਕੀਤੀ ਜਾਵੇ ਜੇ ਤੁਸੀਂ ਇੱਕ ਮੁਲਾਜ਼ਮ ਨੂੰ ਤੁਸੀਂ ਪ੍ਰਮੋਸ਼ਨ ਦਿੰਦੇ ਜੇ ਉਹਦੇ ਬੇਟੇ ਨੂੰ ਨੌਕਰੀ ਦਿੰਦੇ ਜੇ ਇੱਕ ਮੁਲਾਜ਼ਮ ਦੀ ਜੇ ਬਾਂਹ ਟੁੱਟ ਗਈ ਅਤੇ ਉਹਦੀ ਕੈਪਟਨ ਸਾਹਿਬ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਉਹ ਇਹਨਾਂ ਦੇ ਬੇਟੇ ਨੂੰ ਨੌਕਰੀ ਦੇਣ ਇਹਨਾਂ ਨੂੰ ਪ੍ਰਮੋਸ਼ਨ ਦੇਣ ਇਹਨਾਂ ਦਾ ਪਰਿਵਾਰ ਨੂੰ ਸੰਭਾਲਣ ਅਤੇ ਤਾਂ ਕਿ ਜਿਹੜਾ ਇਹਨਾਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਹੋ ਸਕੇ ਇਹਨਾਂ ਨੂੰ ਵੀ ਇਸ ਤਰ੍ਹਾਂ ਲੱਗੇ ਵੀ ਸਰਕਾਰ ਨੇ ਸਾਡੀ ਵੀ ਗੱਲ ਸ਼ਹਿਰ ਦੇ ਪੱਤਰਕਾਰ ਜਾਂ ਮਤਲਬ ਕਿ ਮੀਡੀਆ ਕਰਮੀ ਨੇ ਉਹਨਾਂ ਸਾਰਿਆਂ ਨੇ ਆ ਕੇ ਇਹਨਾਂ ਦਾ ਸਨਮਾਨ ਕੀਤਾ ਕੱਲ੍ਹ ਪਰ ਹੋਰ ਕਿਸੇ ਨੇ ਵੀ ਅੱਜ ਤੱਕ ਇਹਨਾਂ ਦੀ ਬਾਤ ਨਹੀਂ ਪੁੱਛੀ ਨਾ ਡਿਪਟੀ ਸਪੀਕਰ ਸਾਹਿਬ ਨੇ ਨਾ ਕਿਸੇ ਹੋਰ ਰਾਸ਼ਟਰੀ ਪਾਰਟੀ ਦੇ ਕਿਸੇ ਵੀ ਆਗੂ ਨੇ ਕਿਸੇ ਵੀ ਪਾਰਟੀ ਦੇ ਨੇ ਨਹੀਂ ਇਹਨਾਂ ਦੀ ਬਾਤ ਪੁੱਛੀ ਪੰਜਾਬ ਪੁਲਿਸ ਸੂਬੇ ਦੀ ਬਹਾਦਰ ਪੁਲਿਸ ਗਿਣੀ ਗਈ ਹੈ ਦੁਨੀਆ ਭਰ ਵਿੱਚ ਪੰਜਾਬ ਪੁਲਿਸ ਦਾ ਇੱਕ ਵੱਖਰਾ ਨਾਂ ਕਾਇਮ ਹੈ ਮੁਕਾਮ ਪੰਜਾਬ ਪੁਲਿਸ ਨੇ ਬਹਾਦਰੀ ਦਿਖਾ ਕੇ ਹਾਸਲ ਕੀਤਾ ਹੈਗਾ ਸਾਡੇ ਦਰਮਿਆਨ ਥਾਣੇਦਾਰ ਕ੍ਰਿਸ਼ਨ ਲਾਲ ਜੀ ਨੇ ਜਿਨ੍ਹਾਂ ਦੇ ਨਾਲ ਇੱਕ ਐਕਸੀਡੈਂਟ ਹੋਇਆ 23 ਮਾਰਚ ਨੂੰ ਡਿਊਟੀ ਦੌਰਾਨ ਕੁਝ ਵਿਅਕਤੀ ਜਿਹੜੇ ਕਰਫਿਊ ਦੀ ਉਲੰਘਣਾ ਕਰਕੇ ਨਾਕੇ ਦੇ ਉੱਤੇ ਆ ਗਏ ਸੀ ਕਿਉਂਕਿ ਬਾਅਦ ਕੀ ਹੋਇਆ ਸੀ ਤੁਹਾਡੀ ਗੱਲਬਾਤ ਕ੍ਰਿਸ਼ਨ ਲਾਲ ਜੀ ਨਾਲ ਕਰਾਵਾਂਗੇ ਕਿਉਂਕਿ ਉਸ ਦਿਨ ਕੀ ਘਟਨਾ ਵਾਪਰੀ ਦੌਰਾਨੇ ਗਸ਼ਤ ਅਸੀਂ ਜਦੋਂ ਤਹਿਸੀਲ ਚੌਂਕ 'ਚ ਹਾਜ਼ਰ ਸੀ ਤਾਂ ਇੱਕ ਜਿਹੜਾ ਸ਼ਖਸ ਆਇਆ ਸ਼ਖਸ ਕਈ ਆਏ ਕਈਆਂ ਨੂੰ ਤੋਰੀ ਗਿਆ ਸੀ ਪਰ ਇੱਕ ਸ਼ਖਸ ਆਇਆ ਜੋ ਨਸ਼ੇ ਦੀ ਹਾਲਤ ਵਿੱਚ ਸੀਗਾ ਅਸੀਂ ਉਹਨੂੰ ਡੀ ਜੀ ਪੀ ਸਾਹਿਬ ਦੇ ਅਤੇ ਹੁਕਮਾਂ ਮੁਤਾਬਕ ਬੜੇ ਸਹਿਜ ਸੰਜਮ ਨਾਲ ਜਿਹੜਾ ਕਰੋਨਾ ਦੇ ਸੰਬੰਧ ਵਿੱਚ ਜਿਹੜਾ ਨੇ ਅਤੇ ਕਰਫਿਊ ਦੇ ਦੌਰਾਨ ਮਤਲਬ ਘਰ ਭੇਜਣ ਵਾਸਤੇ ਕਿਹਾ ਵੀ ਤੁਸੀਂ ਘਰ ਨੂੰ ਜਾਓ ਕਰੋਨਾ ਦੀ ਬਿਮਾਰੀ ਚੱਲੀ ਹੈ ਅਤੇ ਇਹਦੇ ਤੋਂ ਖਤਰਾ ਬਹੁਤ ਹੈ ਪਰ ਉਹਨਾਂ ਉਸ ਵਿਅਕਤੀ ਨੇ ਜਿਹੜੇ ਨੇ ਸਾਡੀ ਗੱਲ ਨੂੰ ਅਣਗੌਲ ਕੀਤਾ ਅਤੇ ਉੱਥੇ ਖੜ੍ਹਾ ਆਉਂਦੇ ਜਾਂਦੇ ਲੋਕਾਂ ਨਾਲ ਫਿਰ ਵੀ ਜਿਹੜਾ ਗੱਲਾਂ ਬਾਤਾਂ ਕਰ ਰਿਹਾ ਸੀ ਮਨ ਪਰ ਫਿਰ ਹੀ ਅਸੀਂ ਉਹਨੂੰ ਬੜੇ ਪਿਆਰ ਅਤੇ ਜਿਹੜੇ ਸਤਿਕਾਰ ਨਾਲ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਗਿਆ ਮਨ ਅਤੇ ਫਿਰ ਅਸੀਂ ਉਸ ਨੂੰ ਦੁਬਾਰੇ ਫਿਰ ਜਿਹੜਾ ਉਹਨੂੰ ਭੇਜਣ ਦੀ ਕੋਸ਼ਿਸ਼ ਕੀਤੀ ਉਹ ਬੜਾ ਤਹਿਸ 'ਚ ਆ ਗਿਆ ਤਹਿ 'ਚ ਆਉਣ ਤੋਂ ਬਾਅਦ ਸਾਡੇ ਕਹਿਣ ਦੇ ਮੁਤਾਬਕ ਉਹ ਜਿਹੜਾ ਆਪਣੇ ਘਰ ਨੂੰ ਚਲਾ ਗਿਆ ਮਨ ਉਸ ਤੋਂ ਬਾਅਦ ਘਰੋਂ ਜਾ ਕੇ ਉਹ ਆਪਣੇ ਨਾਲ ਦੋ ਹੋਰ ਬੱਚੇ ਦੋ ਹੋਰ ਨੌਜਵਾਨ ਲੈ ਕੇ ਕਾਰ ਉੱਤੇ ਸਵਾਰ ਹੋ ਕੇ 15-20 ਮਿੰਟਾਂ ਬਾਅਦ ਫਿਰ ਨਾਕੇ 'ਤੇ ਉੱਥੇ ਤਸੀਲ ਚੌਂਕ 'ਚ ਆ ਗਿਆ ਮਤਲਬ ਜਿੱਥੇ ਅਸੀਂ ਖੜ੍ਹੇ ਸਾਂ ਮਤਲਬ ਅਤੇ ਆਉਂਦਿਆਂ ਸਾਰ ਹੀ ਉਹਨਾਂ ਸਾਨੂੰ ਕੋਈ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਅੰਦਰੋਂ ਗੱਡੀ ਦੇ ਬੇਸਬਾਲ ਕੱਢਿਆ ਬੇਸਬਾਲ ਕੱਢ ਕੇ ਲਿਆ ਕੇ ਅਤੇ ਮੇਰੀ ਸੱਜੀ ਬਾਂਹ ਖੱਬੀ ਬਾਂਹ 'ਤੇ ਮਾਰਿਆ ਮਤਲਬ ਮੇਰੀ ਖੱਬੀ ਬਾਂਹ ਉਸੇ ਟਾਈਮ ਟੁੱਟ ਗਈ ਸੀ ਦੋਵੇਂ ਹੱਡੀਆਂ ਟੁੱਟ ਗਈਆਂ ਮਤਲਬ ਅਤੇ ਮੈਂ ਤਾਂ ਬੇਵੱਸ ਹੋ ਗਿਆ ਮੇਰੇ ਸਾਥੀ ਕਰਮਚਾਰੀ ਮੈਨੂੰ ਸੰਭਾਲਣ ਲੱਗ ਪਏ ਅਤੇ ਇਹ ਬੰਦੇ ਉੱਥੋਂ ਜਿਹੜਾ ਨਾ ਫਰਾਰ ਹੋ ਗਏ ਮਨ ਉਸ ਤੋਂ ਬਾਅਦ ਮੇਰੇ ਸਾਥੀ ਕਰਮਚਾਰੀਆਂ ਨੇ ਜਿਹੜਾ ਮੈਨੂੰ ਸਿਵਲ ਹਸਪਤਾਲ ਮਲੋੜ ਦਾਖਲ ਕਰਾਇਆ ਉੱਥੇ ਮੇਰਾ ਇਲਾਜ ਹੋਇਆ ਅਤੇ ਫਿਰ ਐਕਸਰੇ ਰਿਪੋਰਟਾਂ ਦੋਵੇਂ ਹੱਡੀਆਂ ਟੁੱਟੀਆਂ ਹੋਈਆਂ ਸੀ ਉਸ ਤੋਂ ਬਾਅਦ ਜਿਹੜਾ ਮੈਨੂੰ ਸਿਵਲ ਹਸਪਤਾਲ ਨੇ ਰੈਫਰ ਕਰਤਾ ਮੈਂ ਆਪਦੀ ਸਰਸੇ ਜਾ ਕੇ ਜਿਹੜਾ ਡੀ ਸੀ ਐੱਮ ਹੋਸਪਿਟਲ ਸਿਰਸਾ ਤੋਂ ਜਿਹੜਾ ਹੈ ਜਾ ਕੇ ਇਲਾਜ ਕਰਾਇਆ ਮਤਲਬ ਮੇਰੀ ਦੋ ਬਾਂਹ ਦੇ ਵਿੱਚ ਦੋ ਪਲੇਟਾਂ ਪਾਈਆਂ ਡਾਕਟਰ ਸਾਹਿਬ ਮੈਨੂੰ ਪਰੇਟ ਕਰ ਦਿੱਤਾ ਮਤਲਬ ਮੈਂ ਉੱਥੇ ਜਿਹੜਾ ਦਾਖਲ ਰਹਿਣ ਤੋਂ ਬਾਅਦ 6 ਤਰੀਕ ਨੂੰ ਮੈਂ ਜਿਹੜਾ ਵਾਪਸ ਆਇਆ ਇੱਥੇ ਮਲੋਟ 6 ਤਰੀਕ ਨੂੰ ਆ ਕੇ ਫਿਰ ਮੈਂ ਜਿਹੜਾ ਕੋਈ ਗੱਲਬਾਤ ਨਹੀਂ ਕੀਤੀ ਪਰ ਜਦੋਂ 12 ਤਰੀਕ ਨੂੰ ਹਰਜੀਤ ਸਿੰਘ ਦਾ ਕਾਂਡ ਪਟਿਆਲੇ ਜ਼ਿਲ੍ਹੇ ਵਿੱਚ ਵਾਪਰਿਆ ਮਤਲਬ ਅਤੇ ਉਹਨਾਂ ਨੂੰ ਬਹੁਤ ਮਾਣ ਸਨਮਾਨ ਮਿਲਿਆ ਮਤਲਬ ਉਹਨਾਂ ਦੀ ਖੱਬੀ ਬਾਂਹ ਵੱਢੀ ਗਈ ਸੀ ਮੇਰੀ ਇਹਨੇ ਵੀ ਟੁੱਟ ਕੇ ਲੰਬ ਗਈ ਸੀ ਫਰਕ ਇੰਨਾ ਹੀ ਸੀ ਅਤੇ ਉਹਨੂੰ ਵੇਖ ਕੇ ਫਿਰ ਮੈਂ 14 ਤਰੀਕ ਨੂੰ ਜਾ ਕੇ ਅਤੇ ਡਿਪਟੀ ਸਾਹਿਬ ਅਤੇ
इन्हां कोल पेश होया। मैनू इन्हां कहा भी अज अपने फ्लैग मार्च ने एस पी डी साहब आउणगे ते तुहानू उन्हां दे पेश करांगे। असीं सदर मोड़ जिहड़ा डिप्टी साहब ने मैनू उन्हां दे पेश कीता, मतलब डिप्टी साहब ने एस पी साहब ने साडी जिहड़ी गल सुनी, मतलब वह कहिंदे भी तुसीं इन्हां दा लिख के भेजो। दोवें सिटी सदर एस एच ओ भी उत्थे सी ते फिर सिटी एस एच ओ ने मेरे बारे लिख के भेजता, मतलब इन्हां ने एक रैंक जिहड़ी प्रमोशन देण दी सिफारिश करके भेजी सी। ते उस तो बाद फिर जिहड़ा विचों 10-12 दिन बीत गए ने, मतलब कोई गलबात नहीं मैनू दसी इन्हां ने भी की बनया ते की नहीं बनया। मतलब ठीक है, तुसीं जिहड़ा हरजीत सिंह नूं सन्मान मिलिया हैगा, तुहानूं जदों सट लगी है, तुहाडे ते हमला होया है, उस तो बाद कोई अफसर तुहाडे कोले गया होवे, तुहाडी सार लैण गया होवे, DSP SP ਜ਼ਿਲ੍ਹਾ ਪੱਧਰ ਦਾ ਕੋਈ ਵੀ ਅਫਸਰ ਤੁਹਾਡੇ ਕੋਲ ਗਿਆ ਜਾਂ ਕੋਈ ਤੁਹਾਨੂੰ ਫਲ ਫਰੂਟ ਦੇ ਕੇ ਤੁਹਾਡਾ ਹੌਸਲਾ ਵਧਾਉਣ ਲਈ ਗਿਆ ਹੋਵੇ, ਕੋਈ ਆਇਆ ਤੁਹਾਡੇ ਕੋਲ? ਨਹੀਂ ਜੀ, ਸਾਡੇ ਕੋਈ ਅਫਸਰ ਨਹੀਂ ਆਇਆ, ਸਾਡੇ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ, ਕੋਈ ਸਾਡੇ ਇਲਾਜ ਦੌਰਾਨ ਸਾਡੇ ਕੋਈ ਬੰਦਾ ਨਹੀਂ, ਨਾ ਕੋਈ ਸਾਨੂੰ ਜਿਹੜਾ ਇੱਥੇ ਘਰ ਮਿਲਦਾ ਵੀ ਤੁਸੀਂ ਠੀਕ ਠਾਕ ਆਏ, ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜਾਂ ਨਾ, ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਮੈਨੂੰ ਤੁਹਾਨੂੰ ਫੋਨ 'ਤੇ ਵੀ ਸੰਪਰਕ ਨਹੀਂ ਕੀਤਾ ਗਿਆ, ਫੋਨ 'ਤੇ ਵੀ ਤੁਹਾਡਾ ਕਦੇ ਕੋਈ ਹਾਲ ਚਾਲ ਨਹੀਂ ਪੁੱਛਿਆ ਗਿਆ, ਜਾਂ ਜਦੋਂ ਦੇ ਤੁਸੀਂ ਛੁੱਟੀ ਲੈ ਕੇ ਘਰ ਆਏ ਹੋ ਤੁਹਾਨੂੰ ਘਰ ਵੀ ਕੋਈ ਆ ਕੇ ਮਿਲਿਆ ਹੈਗਾ, ਤੁਹਾਡੀ ਸੁੱਖ ਸੰਦ ਪੁੱਛਣ ਲਈ ਆਇਆ? ਨਹੀਂ ਸਰ, ਸਾਡੇ ਨਾ ਕਿਸੇ ਅਫਸਰ ਦਾ ਮੈਨੂੰ ਫੋਨ ਆਇਆ, ਕਿਸੇ ਅਫਸਰ ਜਾਂ ਕਿਸੇ ਬੰਦੇ ਨੇ ਸਾਡੀ ਕੋਈ ਜਿਹੜੀ ਆ ਕੇ ਨਹੀਂ ਪੁੱਛਿਆ ਸਾਨੂੰ, ਮਨ ਵੀ ਤੁਹਾਡਾ ਕੀ ਹਾਲ ਚਾਲ ਹੈ। ਮਨ ਹਰਜੀਤ ਸਿੰਘ ਵਾਲਾ ਜਿਹੜਾ ਮਾਮਲਾ ਸੀ, ਉਹਦੇ ਬੇਟੇ ਨੂੰ ਵੀ ਦੇਖੋ ਨੌਕਰੀ ਦੇ ਦਿੱਤੀ ਗਈ ਆ, ਕਾਂਸਟੇਬਲ ਭਰਤੀ ਕਰ ਲਿਆ ਗਿਆ, ਜਦਕਿ ਹਰਜੀਤ ਸਿੰਘ ਜਿਹੜੇ ਕਿ ASI ਸੀ ਉਹਨੂੰ ਸਬ ਇੰਸਪੈਕਟਰ ਪਦ ਉਨਤ ਕਰ ਦਿੱਤਾ ਗਿਆ, ਜਦੋਂ ਹੌਸਪੀਟਲ ਦੇ ਵਿੱਚੋਂ ਵੀ ਉਹਨੂੰ ਜਦੋਂ ਛੁੱਟੀ ਦੇ ਕੇ ਘਰ ਭੇਜਿਆ ਹੈਗਾ, ਬੜੀ ਸ਼ਾਨੋ ਸ਼ੌਕਤ ਦੇ ਨਾਲ ਲਾਲ ਕਾਰਪੈਟ ਜਿਹੜਾ ਉਹਦੀ ਗਲੀ ਦੇ ਵਿੱਚ ਵਿਛਾਇਆ ਗਿਆ, ਫੁੱਲਾਂ ਦੀ ਵਰਖਾ ਤੱਕ ਕੀਤੀ ਗਈ ਹੈਗੀ ਹੈ, ਤੁਹਾਡੇ ਮਨ 'ਚ ਨਹੀਂ ਆਉਂਦਾ ਵੀ ਕਿਤੇ ਵੀ ਉਹ ਕਿਸੇ ਹੋਰ ਫੋਰਸ ਦਾ ਜਵਾਨ ਆ ਜਾਂ ਤੁਸੀਂ ਕਿਸੇ ਹੋਰ ਫੋਰਸ? ਮਨ ਹੀ ਤਾਂ ਆਉਂਦਾ ਹੀ ਹੈ ਜੀ, ਫਿਰ ਠੀਕ ਹੈ, ਕਹੋ ਅਸੀਂ ਇੱਕੋ ਮਹਿਕਮੇ ਦੇ ਹੈਗੇ ਹਾਂ, ਉਹਦਾ ਹੀ ਨਾ ਮਾਨ ਸਨਮਾਨ ਹੋਇਆ ਜੀ, ਅਤੇ ਸਾਨੂੰ ਕਿਸੇ ਪੁੱਛਿਆ ਹੀ ਨਹੀਂ ਆ ਕੇ, ਮਨ ਠੀਕ ਹੈ ਨਾ, ਨਹੀਂ ਤਾਂ ਜਿਵੇਂ ਰਜੀਸ਼ ਦਾ ਮਾਨ ਸਨਮਾਨ ਹੋਇਆ, ਸਾਡਾ ਹੀ ਮਹਿਕਮੇ ਮੁਤਾਬਕ ਜਿਹੜਾ ਮਾਨ ਸਨਮਾਨ ਉਹਨਾਂ ਕਰਨਾ ਚਾਹੀਦਾ, ਜਿੰਨਾ DGP ਸਾਹਿਬ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹਨਾਂ ਦਾ ਮਾਨ ਸਨਮਾਨ ਕੀਤਾ, ਉਹਨਾਂ ਨੂੰ ਤਾਂ ਪ੍ਰਮੋਟ ਕਰਕੇ SI ਬਣਾ ਤਾ, ਮੇਰੇ ਵਰਗੇ ਥਾਣੇਦਾਰ ਉਹ ਨੇ, ਮਤਲਬ ਅਤੇ ਇੱਕ ਉਹਨਾਂ ਦੇ ਬੇਟੇ ਨੂੰ ਜਦੋਂ ਛੁੱਟੀ ਮਿਲੀ ਉਦੋਂ ਨੌਕਰੀ ਦਾ ਵੀ ਤੋਹਫ਼ਾ ਦੇ ਦਿੱਤਾ, ਮਤਲਬ ਪਰ ਸਾਨੂੰ ਇਹੋ ਜਿਹੀ ਕੋਈ, ਸਾਡਾ ਤਾਂ ਕਿਸੇ ਨੇ ਇਹਨਾਂ ਲਿਖ ਕੇ ਨਹੀਂ ਭੇਜੇ, ਬੜੇ ਔਖਾ ਭੇਜਿਆ, ਅਸੀਂ ਆਪ ਜਾ ਕੇ ਪੇਸ਼ ਹੋ ਕੇ ਲਿਖਾਇਆ, ਪਰ ਉਹ ਵੀ ਵਿੱਚੇ ਹੀ ਰਹਿ ਗਿਆ, ਮਤਲਬ ਉਹਦਾ ਵੀ ਗਾਂਹ ਕੋਈ ਸਾਨੂੰ ਨਹੀਂ ਸਵਰ ਪਤਾ ਲੱਗਿਆ ਵੀ ਕੀ ਕੀਤਾ ਅਤੇ ਕੀ ਨਹੀਂ ਕੀਤਾ। ਮਨ ਇੱਕ ਮੁਹਿੰਮ ਜਿਹੜੀ ਚਲਾਈ ਗਈ ਸੀਗੀ DGP ਗੁਪਤਾ, ਜਿਹੜੇ ਦਿਨਕਰ ਗੁਪਤਾ ਜਿਨ੍ਹਾਂ ਦੀ ਬੈਚ 'ਤੇ ਦਿਨਕਰ ਗੁਪਤਾ ਲਿਖਿਆ ਹੁੰਦਾ, ਉਸ ਦਿਨ ਉਹਨਾਂ ਨੇ ਵੀ ਆਪਦੇ ਨਾਲ ਪੂਰੇ ਪੰਜਾਬ ਭਰ ਵਿੱਚ ਇੱਕ ਮੁਹਿੰਮ ਚਲਾਈ ਸੀਗੀ, ਉਹਦੇ ਉੱਤੇ ਲਿਖਿਆ ਸੀ ਮੈਂ ਵੀ ਹਰਜੀਤ ਸਿੰਘ, ਵੀ ਹਰਜੀਤ ਸਿੰਘ ਨਾਂ ਲਿਖਿਆ ਸੀਗਾ, ਅਤੇ ਹਰੇਕ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਆਪਣੇ ਆਪ ਨੂੰ ਮੈਂ ਵੀ ਹਰਜੀਤ ਸਿੰਘ ਕਹਿ ਕੇ, ਕੁਝ ਸਮਾਜ ਸੇਵੀ ਲੋਕ ਹੈ ਉਹਨਾਂ ਨੇ ਵੀ ਇਹ ਤਖਤੀਆਂ ਚੁੱਕੀਆਂ ਹੋਈਆਂ ਸੀ ਵੀ ਮੈਂ ਵੀ ਹਰਜੀਤ ਸਿੰਘ ਹੈ, ਤੁਹਾਨੂੰ ਉਸ ਦਿਨ ਕੀ ਮਹਿਸੂਸ ਹੋਇਆ? ਸਾਨੂੰ ਉਹਦੇ ਮਾਣ ਤਾਂ ਬਹੁਤ ਮਹਿਸੂਸ ਹੋਇਆ ਵੀ ਚਲੋ DGP ਸਾਹਿਬ ਅਤੇ ਪੰਜਾਬ ਪੁਲਿਸ ਨੇ ਜਿਹੜਾ ਇਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ, ਪਰ ਸਾਨੂੰ ਉਹਦੇ ਦੁੱਖ ਹੀ ਬਹੁਤ ਹੈ ਵੀ ਮੇਰੇ ਨਾਲ ਵੀ ਇਸੇ ਤਰ੍ਹਾਂ ਦਾ ਜਿਹੜਾ ਕਾਂਡ ਵਾਪਰਿਆ ਸੀ, ਪਰ ਸਾਨੂੰ ਇਹੋ ਜਿਹਾ ਕੋਈ ਮਾਣ ਸਨਮਾਨ ਜਾਂ ਸਾਨੂੰ ਕੋਈ ਅਫਸਰ ਜਾਂ ਕੋਈ ਉਹੋ ਜਿਹੀ ਸਹੂਲਤ ਜਿਹੜੀ ਕਿਸੇ ਕੋਈ ਆਫਰ ਕੀਤੀ, ਕੁਛ ਨਹੀਂ ਮਿਲਿਆ ਮੈਨੂੰ। ਹਾਂਜੀ, ਤੁਹਾਡੇ ਫੈਮਿਲੀ ਦੇ ਵਿੱਚ ਕੌਣ ਨੇ? ਬੇਟਾ ਕਿੰਨੀ ਕੁ ਉਮਰ ਦਾ ਤੁਹਾਡਾ, ਕੀ ਕਰ ਰਿਹਾ ਹੈਗਾ ਉਹ? ਫੈਮਿਲੀ 'ਚ ਮੇਰਾ ਬੇਟਾ ਜੀ 10ਵੀਂ ਕਲਾਸ 'ਚ ਪੜ੍ਹ ਰਿਹਾ ਅਤੇ 16 ਸਾਲ ਦੀ ਉਮਰ ਉਹਦੀ ਹੈਗੀ ਮੈਂ। ਹਾਂਜੀ, ਤੁਸੀਂ ਵੀ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਹਰਜੀਤ ਸਿੰਘ ਨੂੰ ਦੇ ਬੇਟੇ ਨੂੰ ਨੌਕਰੀ ਦਿੱਤੀ ਗਈ ਹੈਗੀ ਹੈ, ਉਸੇ ਤਰ੍ਹਾਂ ਤੁਹਾਡੇ ਬੇਟੇ ਨੂੰ ਵੀ ਮਿਲੇ? ਹਾਂਜੀ, ਅਸੀਂ ਵੀ ਚਾਹੁੰਦੇ ਵੀ ਸਾਡਾ ਹੀ ਮਾਨ ਸਤਿਕਾਰ ਉਸੇ ਤਰ੍ਹਾਂ ਕੀਤਾ ਜਾਵੇ, ਕਿਉਂਕਿ ਹਰਜੀਤ ਸਿੰਘ ਦੀ ਦੌਰਾਨੇ ਡਿਊਟੀ ਉਹਨਾਂ ਨਾਲ ਇੰਸੀਡੈਂਟ ਵਾਪਰਿਆ, ਦੌਰਾਨੇ ਡਿਊਟੀ ਸਾਡੇ ਨਾਲ ਇੰਸੀਡੈਂਟ ਵਾਪਰਿਆ, ਅਤੇ ਬਰਾਬਰ ਦਾ ਮਾਨ ਸਨਮਾਨ ਹੋਣਾ ਚਾਹੀਦਾ ਸੀ, ਪਰ ਸਾਨੂੰ ਇਹੋ ਜਿਹੀ ਚੀਜ਼ ਨਹੀਂ ਕੋਈ ਮਿਲੀ ਅੱਜ ਤੱਕ। ਤੁਹਾਡੇ ਜਿਹੜੇ ਨਾਲ ਹੋਰ ਮੁਲਾਜ਼ਮ ਸੀਗੇ ਥਾਣੇ ਦੇ ਵਿੱਚ, ਉਹਨਾਂ ਨੇ ਤੁਹਾਡੇ ਲਈ ਇਹ ਹਮਦਰਦੀ ਪ੍ਰਗਟ ਕੀਤੀ ਹੈ ਜਾਂ ਅਫਸਰਾਂ ਨਾਲ ਆਪਦੇ ਪੱਧਰ 'ਤੇ ਕੋਈ ਗੱਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ? ਨਹੀਂ ਜੀ, ਮੇਰੇ ਨਾਲ ਦੇ ਮੁਲਾਜ਼ਮਾਂ ਨੇ ਉਹਨਾਂ ਨੂੰ ਮਹਿਸੂਸ ਤਾਂ ਹੁੰਦਾ ਸੀ ਵੀ ਕ੍ਰਿਸ਼ਨ ਲਾਲ ਨੂੰ ਜਿਹੜਾ ਡਿਊਟੀ ਦੌਰਾਨ ਐਡੀ ਵੱਡੀ ਸੱਟ ਲੱਗੀ ਹੈ, ਪਰ ਇਸ ਬੰਦੇ ਦੀ ਸੁਣਵਾਈ ਕੁਛ ਨਹੀਂ ਹੋਈ ਮਨ। ਹਾਂਜੀ, ਉਹਨਾਂ ਮੈਨੂੰ ਤਕਰੀਬਨ ਥਾਣੇ ਵਾਲੇ ਕਈ ਮੁਲਾਜ਼ਮਾਂ ਨੇ ਉਹ ਜੇ ਫੋਨ ਕਰਕੇ ਪੁੱਛਿਆ, ਕਹਿੰਦੇ ਕ੍ਰਿਸ਼ਨ ਲਾਲ ਹਰਜੀਤ ਸਿੰਘ ਨੂੰ ਇੰਨਾ ਜਿਹੜਾ ਮਾਨ ਸਤਿਕਾਰ ਮਿਲਿਆ ਤੁਹਾਨੂੰ ਕੁਛ ਮਿਲਿਆ? ਮੈਂ ਹਜੇ ਮੈਨੂੰ ਅਜੇ ਤੱਕ ਕੁਛ ਨਹੀਂ ਮਿਲਿਆ ਮਨ। ਹਾਂਜੀ, ਇੱਕ ਜਿਸ ਤਰ੍ਹਾਂ ਦਾ ਹੁਣ ਹਾਲਾਤ ਬਣੇ ਹੋਏ ਨੇ, ਜਿਸ ਤਰ੍ਹਾਂ ਹਰਜੀਤ ਸਿੰਘ ਵਾਲਾ ਕਾਂਡ ਆ ਜਾਂ ਤੁਹਾਡਾ ਇੱਕ ਅੱਜ ਜਲੰਧਰ ਦੇ ਵਿੱਚ ਵੀ ਹੋਇਆ ਹੈਗਾ, ਅਤੇ ਇਹ ਕੀ ਲੱਗਦਾ ਹੈਗਾ ਵੀ ਹਰਜੀਤ ਸਿੰਘ ਨੂੰ ਕਿਉਂ ਇੰਨਾ ਦਿੱਤਾ ਗਿਆ ਸਨਮਾਨ ਅਤੇ ਤੁਹਾਨੂੰ ਅਣਗੌਲਿਆਂ ਕਿਉਂ ਕੀਤਾ ਗਿਆ, ਕਿਉਂਕਿ ਤੁਸੀਂ ਵੀ ਉਸੇ ਪੰਜਾਬ ਪੁਲਿਸ ਦਾ ਹਿੱਸਾ ਹੋ?
ਇਹ ਤਾਂ ਸਾਨੂੰ ਤਾਂ ਐਂ ਲੱਗਦਾ ਜੀ ਹਰਜੀਤ ਸਿੰਘ ਜਿਹੜਾ ਹੈ ਪਟਿਆਲੇ ਜ਼ਿਲ੍ਹੇ ਸੀ ਪਟਿਆਲੇ ਜ਼ਿਲ੍ਹੇ ਦਾ ਮੁੱਖ ਮੰਤਰੀ ਹੈ ਜੀ ਉਹਦੇ ਕਰਕੇ ਉਹਨੂੰ ਸ਼ਾਇਦ ਜ਼ਿਆਦਾ ਮਾਣ ਸਨਮਾਨ ਦੇ ਤਾ ਹੈ। ਅੱਜ ਵੀ ਜਿਹੜੀ ਉਸ ਬੰਦੇ ਦੇ ਨਾਲ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਸੀ ਜਦੋਂ ਉਹ ਦਾਖਲ ਸੀਗੇ ਉੱਥੇ ਆਪਣੇ ਪੀ ਜੀ ਆਈ 'ਚ, ਅਤੇ ਅੱਜ ਅਸੀਂ ਟੀ ਵੀ 'ਤੇ ਹੋਰ ਵੇਖਿਆ ਸੀ ਆਪਣੀ ਮਹਾਰਾਣੀ ਪ੍ਰਨੀਤ ਕੌਰ ਜੀ ਉਹਨਾਂ ਦੇ ਨਾਲ ਟੈਲੀਫੋਨ 'ਤੇ ਜਿਹੜਾ ਹੈ ਉਹ ਰੂਬਰੂ ਹੋ ਰਿਹਾ ਸੀ ਮਤਲਬ। ਹਾਂਜੀ ਉਹਨਾਂ ਵੀ ਗੱਲਬਾਤ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਸੀ, ਪਰ ਸਾਡੇ ਨਾਲ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ। ਸਾਨੂੰ ਇਹ ਮਹਿਸੂਸ ਹੁੰਦਾ ਵੀ ਉਹ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਰਹਿਣ ਵਾਲੇ ਹੋਣ ਕਰਕੇ ਅਤੇ ਉਹਨਾਂ ਨੂੰ ਮਾਣ ਸਤਿਕਾਰ ਤਾਂ ਇੰਨਾ ਜਾਇਜ਼ ਦਿੱਤਾ ਗਿਆ, ਪਰ ਮਹਿਕਮੇ ਮੁਤਾਬਕ ਜਿਹੜਾ ਜਿਹੜਾ ਨਾ ਬਰਾਬਰ ਮਾਣ ਸਤਿਕਾਰ ਦੇਣਾ ਚਾਹੀਦਾ ਵਾ। ਬਿਲਕੁਲ, ਕਿਉਂਕਿ ਉਹ ਵੀ ਆਈ ਪੀ ਏਰੀਏ 'ਚ ਆਉਂਦੇ ਆ, ਵੀ ਆਈ ਪੀ ਏਰੀਏ 'ਚ ਰਹਿਣ ਕਰਕੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤਾ ਗਿਆ ਹੈਗਾ। ਇੱਥੇ ਦੇਖਿਆ ਗਿਆ ਕੈਪਟਨ ਆਪਣੇ ਜਿਹੜੇ ਦਿਨਕਰ ਗੁਪਤਾ ਨੇ ਡੀ ਜੀ ਪੀ ਪੰਜਾਬ ਪੁਲਿਸ, ਉਹ ਹੋਸਪਿਟਲ ਵੀ ਉਹਨਾਂ ਦਾ ਪਤਾ ਲੈਣ ਗਏ ਹੈਗੇ ਆ, ਪਰ ਤੁਸੀਂ ਜਿਵੇਂ ਦੱਸ ਰਹੇ ਹੋ ਤੁਹਾਡੀ ਤਾਂ ਇੱਥੇ ਕੋਈ ਸਾਰ ਲੈਣ ਵੀ ਨਹੀਂ ਆਇਆ। ਨਹੀਂ ਜੀ ਨਹੀਂ, ਸਾਡੇ ਕੋਲ ਕੋਈ ਸਾਡੀ ਸਾਰ ਨਹੀਂ ਲੈਣ ਆਇਆ, ਮੇਰੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਮੈਨੂੰ ਉੱਥੇ ਜਾ ਕੇ ਦਾਖਲ ਕਰਾਇਆ, ਅਤੇ ਪਰਿਵਾਰਕ ਮੈਂਬਰ ਹੀ ਮੇਰਾ ਇਲਾਜ ਕਰਾ ਕੇ ਇੱਥੇ ਕਰ ਲਿਆ। ਸਾਡੇ ਕੋਲ ਜਿਹੜਾ ਮਹਿਕਮੇ ਦਾ ਕੋਈ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਮੁਲਾਜ਼ਮ ਜਿਹੜਾ ਸਾਡੀ ਇਸ ਮਦਦ ਵਾਸਤੇ ਨਹੀਂ ਆਇਆ। ਅੱਛਾ, ਇਹ ਤੁਹਾਨੂੰ ਸ਼ਹਿਰ ਦੇ ਵਿੱਚ ਜਿਵੇਂ ਤੁਸੀਂ ਕਿੰਨਾ ਚਿਰ ਹੋ ਗਿਆ ਡਿਊਟੀ ਕਰਦੇ ਨੂੰ, ਜਦੋਂ ਦੀ ਤੁਹਾਡੀ ਤੈਨਾਤੀ, ਕਿੰਨਾ ਚਿਰ ਤੋਂ ਇੱਥੇ ਤੈਨਾਤ ਹੋ ਤੁਸੀਂ? ਸ਼ਹਿਰ ਦੀਆਂ ਜੀ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਕਿਤੇ ਮੁਕਤਸਰ ਚਲੇ ਗਏ, ਕਿਤੇ ਗਿੱਦੜਵਾ ਚਲੇ ਗਏ, ਅਤੇ ਹੁਣ ਮੈਂ ਜਦੋਂ ਦਾ ਥਾਣੇਦਾਰ ਬਣਿਆ ਮੈਨੂੰ ਇੱਥੇ ਸਾਲ ਕੁ ਜਿਹੜਾ ਹੋ ਗਿਆ। ਮਤਲਬ ਤੁਹਾਡਾ ਸ਼ਹਿਰ ਨਿਵਾਸੀਆਂ ਨੇ ਵੀ ਕੋਈ ਸਵਾਗਤ ਕੀਤਾ ਤੁਹਾਡਾ? ਤੁਹਾਡੀ ਜਿਹੜੀ ਬਹਾਦਰੀ ਦਾ ਕਾਰਨਾਮਾ ਤੁਸੀਂ ਕੀਤਾ ਹੈਗਾ, ਤੁਸੀਂ ਦੇਖੋ ਆਪਦਾ ਤੁਹਾਡੀ ਬਾਂਹ ਵੀ ਟੁੱਟ ਗਈ, ਤੁਹਾਨੂੰ ਕੋਈ ਸ਼ਹਿਰ ਦੀਆਂ ਸੰਸਥਾਵਾਂ ਨੇ ਵੀ ਮਾਣ ਸਨਮਾਨ ਦਿੱਤਾ? ਹਾਂਜੀ, ਸ਼ਹਿਰ ਦਾ ਤਾਂ ਐਂ ਜੀ, ਮੈਂ ਜਦੋਂ ਠੀਕ ਹੋ ਕੇ ਆਇਆ ਉਸ ਤੋਂ ਬਾਅਦ ਮੈਂ ਥਾਣੇ ਸਿਟੀ ਮੋੜ ਗਿਆ ਸੀ, ਉੱਥੇ ਪੱਤਰਕਾਰ ਭਾਈਚਾਰਾ ਜਿਹੜਾ ਨਾ ਉਹ ਸਾਰਾ ਖੜਾ ਸੀ, ਅਤੇ ਉਹਨਾਂ ਨੇ ਮੇਰਾ ਹਾਲ ਚਾਲ ਪੁੱਛਿਆ। ਜਦੋਂ ਮੇਰਾ ਉਹਨਾਂ ਨੇ ਹਾਲ ਚਾਲ ਪੁੱਛਿਆ, ਉਹਨਾਂ ਨੇ ਜਿਹੜਾ ਬਹੁਤ ਨਾ ਦੁੱਖ ਮਹਿਸੂਸ ਕੀਤਾ ਵੀ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਵਾਕਿਆ ਕਿਵੇਂ ਹੋ ਗਿਆ। ਮਤਲਬ ਉਹਨਾਂ ਫਿਰ ਪੱਤਰਕਾਰ ਭਾਈਚਾਰੇ ਸਾਰੇ ਨੇ ਜਿਹੜੇ ਇਕੱਠਾ ਹੋ ਕੇ ਮੇਰੇ ਘਰ ਆ ਕੇ ਪੂਰਾ ਮੈਨੂੰ ਮਾਣ ਸਨਮਾਨ ਦਿੱਤਾ, ਮੈਨੂੰ ਸਰੋਪਾ ਪਾਇਆ, ਮੈਨੂੰ ਬਕਾਇਦਾ ਉਹਨਾਂ ਨੇ ਜਿਹੜੀ ਛਿੜ ਦੇ ਤੌਰ 'ਤੇ ਵੀ ਜਿਹੜਾ ਨਾ ਉਹ ਵੀ ਸਨਮਾਨ ਦਿੱਤਾ। ਮਤਲਬ ਅਤੇ ਪੱਤਰਕਾਰ ਭਾਈਚਾਰੇ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਜਿੰਨਾ ਮੇਰੇ ਮਹਿਕਮੇ ਨੇ ਤਾਂ ਕੋਈ ਇਹੋ ਜਿਹੀ ਜਿਹੜੀ ਉਹ ਮੇਰਾ ਮਾਣ ਸਨਮਾਨ ਜਾਂ ਮੇਰੇ ਘਰ ਆ ਕੇ ਮੈਨੂੰ ਕੋਈ ਇਹੋ ਜਿਹੀ ਗੱਲ ਹੋਈ, ਪਰ ਇਸ ਮਹਿਕਮੇ ਨੇ ਪੱਤਰਕਾਰਾਂ ਨੇ ਜਿਹੜਾ ਨੇ ਮੇਰੇ ਆ ਕੇ ਪੂਰਾ ਮਾਣ ਸਨਮਾਨ ਕੀਤਾ, ਮੇਰੀ ਪੂਰੀ ਗੱਲ ਸੁਣੀ। ਮਨ ਕੀ ਹੁਣ ਮੰਗ ਕਰਦੇ ਹੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਜਾਂ ਡੀ ਜੀ ਪੀ ਗੁਪਤਾ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਕਿਉਂਕਿ ਅਸੀਂ ਦਿਖਾਵਾਂਗੇ ਆਪਣੇ ਚੈਨਲ ਦੇ ਉੱਤੇ, ਡੀ ਜੀ ਪੀ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਮੈਂ ਜੀ ਡੀ ਜੀ ਪੀ ਸਾਹਿਬ ਦਿਨਕਰ ਗੁਪਤਾ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਜਿਵੇਂ ਹਰਜੀਤ ਸਿੰਘ ਦਾ ਮਾਣ ਸਨਮਾਨ ਕੀਤਾ ਗਿਆ, ਉਸੇ ਤਰ੍ਹਾਂ ਸਾਡਾ ਵੀ ਜਿਹੜਾ ਮਹਿਕਮੇ ਦੇ ਹਿਸਾਬ ਤਾਂ ਜਿਹੜਾ ਮਾਣ ਸਨਮਾਨ ਕੀਤਾ ਜਾਵੇ, ਕਿਉਂਕਿ ਉਹ ਵੀ ਜਿਹੜਾ ਮਹਿਕਮਾ ਪੰਜਾਬ ਪੁਲਿਸ ਦਾ ਜਿਹੜਾ ਮੁਲਾਜ਼ਮ ਸੀ, ਮੈਂ ਵੀ ਮਹਿਕਮਾ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ, ਮੈਂ ਵੀ ਉਸੇ ਸੰਬੰਧੀ ਡਿਊਟੀ ਕਰ ਰਿਹਾ ਸੀ, ਉਹਨਾਂ ਨੇ ਉਸੇ ਸੰਬੰਧੀ ਡਿਊਟੀ ਕੀਤੀ। ਮੈਂ ਕੀ ਆਪਣਾ ਜਿਹੜੇ ਤੁਹਾਡੀ ਫੈਮਿਲੀ ਇਸ ਸੰਬੰਧ 'ਚ ਕੀ ਸੋਚਦੀ ਹੈ ਜਦੋਂ ਤੁਸੀਂ ਪੰਜਾਬ ਪੁਲਿਸ 'ਚ ਭਰਤੀ ਹੋਏ ਹੋ? ਕਿਉਂਕਿ ਜਿਹੜੀ ਕਰੋਨਾ ਵਾਇਰਸ ਦੀ ਆਹ ਮਹਾਂਮਾਰੀ ਚੱਲੀ ਹੈ, ਲੋਕਾਂ ਨੂੰ ਕਿਹਾ ਜਾਂਦਾ ਤੁਸੀਂ ਘਰਾਂ ਦੇ ਵਿੱਚ ਟਿਕ ਕੇ ਬੈਠੋ, ਤੁਸੀਂ ਵੀ ਕਹਿ ਰਹੇ ਹੋ, ਪ੍ਰਸ਼ਾਸਨ ਵੀ ਕਹਿ ਰਿਹਾ, ਕਰਫਿਊ ਵੀ ਲੱਗਿਆ ਹੋਇਆ, ਪਰ ਜਦੋਂ ਤੁਸੀਂ ਡਿਊਟੀ 'ਤੇ ਘਰ ਜਾਂਦੇ ਹੋ, ਡਿਊਟੀ ਤੋਂ ਤੁਸੀਂ ਜਾਂਦੇ ਹੋ ਡਿਊਟੀ 'ਤੇ ਘਰ ਤੋਂ, ਅਤੇ ਅੱਜ ਤੁਹਾਡੇ ਨਾਲ ਆਹ ਹਾਲਾਤ ਹੋਏ ਨੇ, ਤੁਹਾਡੇ ਘਰ ਦੇ ਦਾ ਕੀ ਵਿਚਾਰ ਹੈ ਇਸ ਸੰਬੰਧ 'ਚ, ਕੀ ਆਉਂਦੇ ਨੇ? ਸਾਡੇ ਘਰ ਦੇ ਬਹੁਤ ਮਹਿਸੂਸ ਕਰਦੇ ਨੇ, ਠੀਕ ਹੈ ਨਾ, ਕਹਿੰਦੇ ਵੀ ਤੁਹਾਡੇ ਇਸ ਤਰ੍ਹਾਂ ਸੱਟ ਵੱਜੀ ਹੈ, ਅਤੇ ਜਦੋਂ ਕਿਤੇ ਖਬਰ ਜਿਹੜੀ ਟੀ ਵੀ 'ਤੇ ਹਰਜੀਤ ਸਿੰਘ ਦੀ ਵੇਖਦੇ ਨੇ ਉਦੋਂ ਬਹੁਤ ਜਿਹੜਾ ਨਾ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ ਹੈ ਵੀ ਸਾਡੇ ਜਿਹੜੇ ਜ਼ਿੰਮੇਵਾਰ ਬੰਦੇ ਨੂੰ ਵੀ ਇੰਨੀ ਸੱਟ ਵੱਜੀ ਹੈ, ਇਹਨਾਂ ਨੂੰ ਕੋਈ ਪੁੱਛਣ ਨਹੀਂ ਆਇਆ, ਉਸ ਬੰਦੇ ਨੂੰ ਟੀ ਵੀ ਜਿਹੜਾ ਬਕਾਇਦਾ ਜਿਹੜਾ ਪੰਜਾਬ ਪੁਲਿਸ ਦਾ ਮੁਖੀ ਮੁੱਖ ਮੰਤਰੀ ਸਾਹਿਬ ਤੱਕ ਜਿਹੜਾ ਹਸਪਤਾਲ ਤੱਕ ਪੁੱਛਦੇ ਰਹੇ ਨੇ, ਉੱਥੇ ਛੁੱਟੀ ਦਵਾ ਕੇ ਆਏ ਨੇ, ਉਹਨਾਂ ਨੂੰ ਬਕਾਇਦਾ ਪ੍ਰਮੋਟ ਵੀ ਕੀਤਾ, ਉਹਨਾਂ ਦੇ ਲੜੀ ਬੱਚੇ ਨੂੰ ਜਿਹੜੀ ਨੌਕਰੀ ਵੀ ਦਿੱਤੀ ਹੈ ਮਤਲਬ, ਅਤੇ ਪਰ ਸਾਨੂੰ ਜਿਹੜਾ ਕੁਛ ਵੀ ਨਹੀਂ, ਤਾਂ ਮੇਰੇ ਪਰਿਵਾਰਕ ਮੈਂਬਰ ਬਹੁਤ ਜਿਹੜਾ ਨਾ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਵੀ ਸਾਨੂੰ ਕਿਉਂ ਨਹੀਂ ਇਸ ਤਰ੍ਹਾਂ ਜਿਹੜਾ ਮਾਣ ਸਨਮਾਨ ਦਿੱਤਾ ਗਿਆ। ਮਤਲਬ ਸਾਡੇ ਨਾਲ ਸੀ ਕ੍ਰਿਸ਼ਨ ਲਾਲ ਜੀ, ਥਾਣੇਦਾਰ ਜਿਹੜੇ ਥਾਣਾ ਸਿਟੀ ਮਲੋਟ ਵਿਖੇ ਤੈਨਾਤ ਸੀ। 23 ਮਾਰਚ ਨੂੰ ਇਹਨਾਂ ਦੇ ਨਾਲ ਵੀ ਅਜਿਹਾ ਐਕਸੀਡੈਂਟ ਵਰਤਿਆ ਜੋ ਪਟਿਆਲਾ ਦੇ ਹਰਜੀਤ ਸਿੰਘ ਨਾਲ ਵਰਤਿਆ ਸੀਗਾ। ਇਹਨਾਂ ਦੀ ਖੱਬੀ ਬਾਂਹ ਤੋੜ ਕੇ ਲਮਕਾ ਦਿੱਤੀ ਗਈ ਸੀ, 2 ਥਾਵਾਂ ਤੋਂ ਉਹਦੀ ਹੱਡੀ ਜਿਹੜੀ ਕ੍ਰੈਕ ਹੋ ਗਈ ਸੀ। ਹਰਜੀਤ ਸਿੰਘ ਦਾ ਹੱਥ ਵੀ ਕੱਟਿਆ ਗਿਆ ਸੀ, ਪਰ ਜੋ ਹਰਜੀਤ ਸਿੰਘ ਦੇ ਨਾਲ ਕੀਤਾ ਗਿਆ, ਸਰਕਾਰ ਵੱਲੋਂ ਜੋ ਉਹਦਾ ਸਨਮਾਨ ਕੀਤਾ ਗਿਆ, ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਸਮੁੱਚੇ ਪੰਜਾਬ ਅੰਦਰ ਜਿਹੜਾ ਸਨਮਾਨ ਦਿੱਤਾ ਗਿਆ ਹੈਗਾ, ਉਹ
ਕ੍ਰਿਸ਼ਨ ਲਾਲ ਨੂੰ ਨਹੀਂ ਮਿਲਿਆ। ਸਾਡੇ ਨਾਲ ਥਾਣੇਦਾਰ ਕ੍ਰਿਸ਼ਨ ਲਾਲ ਜੀ ਦੇ ਧਰਮ ਪਤਨੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਆ, ਕਿਉਂਕਿ ਹਰਜੀਤ ਸਿੰਘ ਨੂੰ ਜੋ ਮਾਨ ਸਨਮਾਨ ਮਿਲਿਆ, ਜੇ ਕ੍ਰਿਸ਼ਨ ਲਾਲ ਨੂੰ ਵੀ ਉਸੇ ਤਰ੍ਹਾਂ ਦਾ ਮਾਨ ਸਨਮਾਨ ਦਿੱਤਾ ਜਾਂਦਾ ਤਾਂ ਗੱਲ ਹੋਰ ਹੋਣੀ ਸੀ। ਉਹਦਾ ਪਰਿਵਾਰ ਕ੍ਰਿਸ਼ਨ ਲਾਲ ਦਾ ਕੀ ਸੋਚਦਾ ਹੈ, ਉਹਨਾਂ ਨਾਲ ਗੱਲ ਕਰਦੇ। ਹਾਂਜੀ ਭੈਣ ਜੀ, ਕਿਸ ਤਰ੍ਹਾਂ ਤੁਸੀਂ ਮਹਿਸੂਸ ਹੁੰਦਾ ਤੁਹਾਨੂੰ, ਕਿਉਂਕਿ ਜੋ ਪੰਜਾਬ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਹਰਜੀਤ ਸਿੰਘ ਦਾ ਮਾਨ ਸਨਮਾਨ ਕੀਤਾ ਗਿਆ, ਕ੍ਰਿਸ਼ਨ ਲਾਲ ਦਾ ਨਹੀਂ ਹੋਇਆ, ਕੀ ਸੋਚਦੇ ਹੋ? ਸਾਨੂੰ ਬਹੁਤ ਮਹਿਸੂਸ ਹੁੰਦਾ ਜੀ, ਅਤੇ ਅਸੀਂ ਸਰਕਾਰ ਤੋਂ ਬਹੁਤ ਨਾਰਾਜ਼ ਹੈਗੇ ਹਾਂ ਜੀ। ਹਰਜੀਤ ਸਿੰਘ ਨੂੰ ਬਹੁਤ ਮਾਨ ਸਨਮਾਨ ਮਿਲਿਆ, ਸਾਨੂੰ ਕੁਛ ਨਹੀਂ ਮਿਲਿਆ। ਕਰਫਿਊ ਦੌਰਾਨ ਕਰੋਨਾ ਦੀ ਜਿਹੜੀ ਉਹ ਡਿਊਟੀ ਕਰ ਰਹੇ ਸੀ, ਅਤੇ ਇਹਨਾਂ ਨੇ ਜਿਹੜਾ ਹੈ ਉਹ ਆ ਕੇ ਸੱਟਾਂ ਮਾਰੀਆਂ ਉਹਨਾਂ ਨੇ, ਅਤੇ ਇਹਨਾਂ ਦੀ ਵੀ ਬਾਂਹ ਜਿਹੜੀ ਆ ਖੱਬੀ ਟੁੱਟ ਗਈ, ਅਤੇ ਸਾਨੂੰ ਬਹੁਤ ਮਹਿਸੂਸ ਹੋ ਰਿਹਾ, ਨਾਰਾਜ਼ ਹੈਗੇ ਹਾਂ ਅਸੀਂ ਸਰਕਾਰ ਤੋਂ ਵੀ ਸਾਨੂੰ ਕੁਛ ਨਹੀਂ ਮਿਲਿਆ। ਹਰਜੀਤ ਸਿੰਘ ਨੂੰ ਦੋ ਦੋ ਸਨਮਾਨ ਮਿਲ ਚੁੱਕੇ ਨੇ, ਅਤੇ ਅਸੀਂ ਉਹਦੇ ਤੋਂ ਬਹੁਤ ਨਾਰਾਜ਼ ਹੈਗੇ ਹਾਂ ਜੀ। ਸਾਨੂੰ ਵੀ ਕੁਛ ਨਾ ਕੁਛ ਮਿਲਣਾ ਚਾਹੀਦਾ ਹੈਗਾ। ਤੁਸੀਂ ਜਿਹੜਾ ਕੋਈ ਇੱਥੇ ਅਫਸਰ ਕੋਈ ਤੁਹਾਡੇ ਕੋਲ ਆਇਆ ਮਿਲਣ, ਮੇਰੀ ਗੱਲ ਹੋਈ ਵੈਸੇ ਕ੍ਰਿਸ਼ਨ ਲਾਲ ਜੀ ਨਾਲ, ਉਹਨਾਂ ਨੇ ਕਿਹਾ ਵੀ ਸਾਨੂੰ ਫੋਨ 'ਤੇ ਵੀ ਕਿਸੇ ਨੇ ਸਾਡੀ ਸਾਰ ਨਹੀਂ ਲਈ? ਸਾਡੇ ਕੋਲ ਕੋਈ ਅਫਸਰ ਨਹੀਂ ਆਇਆ ਜੀ। ਜਦੋਂ ਇਹਨਾਂ ਨੂੰ ਚੋਟ ਵੱਜੀ ਹੈ ਜੀ, ਉਦੋਂ ਸਾਡੇ ਕੋਲ ਫੋਨ ਆਇਆ ਜੀ 8:30 ਵਜੇ ਕੋਲ। ਮੇਰੇ ਬੇਟੇ ਨੇ ਸੁਣਿਆ ਜੀ ਫੋਨ ਕਿ ਤੁਹਾਡੇ ਜਿਹੜੇ ਹਸਬੈਂਡ ਨੂੰ ਸੱਟ ਵੱਜ ਗਈ ਹੈਗੀ ਹੈ, ਅਤੇ ਤੁਸੀਂ ਆ ਕੇ ਜਿਹੜਾ ਹੈ ਉਹਨੂੰ ਸੰਭਾਲ ਲਓ। ਅਤੇ ਬਸ ਅਸੀਂ ਪਹੁੰਚੇ ਹਾਂ, ਅਤੇ ਜੀ ਸਾਡੇ ਕੋਲ ਕੋਈ ਮੁਲਾਜ਼ਮ ਨਹੀਂ ਪਹੁੰਚਿਆ, ਅਸੀਂ ਆਪ ਹੀ ਜਿਹੜਾ ਹੈ ਤੁਰੇ ਫਿਰੇ ਹਾਂ ਜੀ। ਇੱਕ ਸਾਡਾ ਪੜੋਸੀ ਹੈਗਾ ਸੀ, ਉਹਨਾਂ ਨੇ ਸਾਡੀ ਮਦਦ ਕੀਤੀ ਹੈਗੀ, ਅਤੇ ਉਸ ਤੋਂ ਬਾਅਦ ਸਾਡੇ ਕੋਲ ਕਿਸੇ ਦਾ ਕੋਈ ਫੋਨ ਨਹੀਂ ਆਇਆ, ਕਿਸੇ ਨੇ ਕੁਛ ਪੁੱਛਿਆ ਹੀ ਨਹੀਂ ਹੈਗਾ ਜੀ ਸਾਨੂੰ। ਬਿਲਕੁਲ ਜੀ, ਡੀ ਐੱਸ ਪੀ ਜਿਹੜਾ ਇੱਥੋਂ ਦਾ SP SSP ਦਫ਼ਤਰ 'ਚੋਂ ਕੋਈ ਫੋਨ ਕਾਲ ਜਾਂ ਤੁਹਾਡਾ ਸਾਰ ਲੈਣ ਆਏ ਹੋ? ਨਾ ਜੀ, ਕਿਸੇ ਦਾ ਕੋਈ ਫੋਨ ਨਹੀਂ ਆਇਆ ਜੀ। ਇਹ ਜਿਹੜੇ ਦਿਨ ਆਪਣੇ ਇੱਥੇ ਫਲੈਗ ਮਾਰਚ ਹੈਗਾ ਸੀ ਜੀ, ਉਸ ਦਿਨ ਇਹ ਉੱਥੇ ਗਏ ਸਦਰ ਥਾਣੇ ਮਿਲਣ ਵਾਸਤੇ, ਅਤੇ ਇਹਨਾਂ ਨੇ ਆਪਣੀ ਗੱਲ ਛੇੜੀ, ਅਤੇ ਕਹਿੰਦੇ ਚੱਲ ਤੁਸੀਂ ਸਾਡੇ ਕੋਲ ਆਇਓ ਜੀ, ਅਸੀਂ ਜ਼ਰੂਰ ਸੁਣਾਂਗੇ ਜੀ। ਉਸ ਗੱਲ ਨੂੰ ਵੀ 15 ਦਿਨ ਹੋ ਚੁੱਕੇ ਨੇ ਜੀ, ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਪੰਜਾਬ ਪੁਲਿਸ ਮੁਖੀ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ, ਕੀ ਕਹਿਣਾ ਚਾਹੁੰਦੇ? ਅਸੀਂ ਇਹੀ ਕਹਿੰਦੇ ਹਾਂ ਕਿ ਸਾਨੂੰ ਵੀ ਕੁਛ ਮਾਨ ਸਨਮਾਨ ਦਿੱਤਾ ਜਾਵੇ, ਇੱਕ ਰੈਂਕ ਦਿੱਤਾ ਜਾਵੇ। ਉਸੇ ਤਰ੍ਹਾਂ ਇਹਨਾਂ ਨੇ ਡਿਊਟੀ ਕੀਤੀ ਹੈ ਵੀ ਜਿਸ ਤਰ੍ਹਾਂ ਹਰਜੀਤ ਸਿੰਘ ਨੇ ਕੀਤੀ ਹੈ? ਕਰੋਨਾ ਦੌਰਾਨ ਹੀ ਇਹਨਾਂ ਦੀ ਡਿਊਟੀ ਹੈਗੀ ਸੀ, ਕਰਫਿਊ ਉਦੋਂ ਲੱਗ ਚੁੱਕਿਆ ਸੀ, 23 ਤਰੀਕ 8:30 ਵਜੇ ਰਾਤ ਦੀ ਗੱਲ ਹੈਗੀ ਹੈ ਜੀ। ਅਤੇ ਜੀ ਇਹ ਉਹ ਆਪਣੇ ਉੱਥੇ ਰੋਕਦੇ ਹੈਗੇ ਸੀ ਉਹਨਾਂ ਨੂੰ, ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਆ ਕੇ ਸੱਟਾਂ ਮਾਰੀਆਂ ਇਹਨਾਂ ਦੇ। ਸਾਡੇ ਨਾਲ ਕ੍ਰਿਸ਼ਨ ਲਾਲ ਦੇ ਵਾਈਫ ਸੀ, ਜਿਹੜਿਆਂ ਨੇ ਸਰਕਾਰ 'ਤੇ ਗਿਲਾ ਕੀਤਾ, ਆਪਣੇ ਡਿਪਾਰਟਮੈਂਟ 'ਤੇ ਗਿਲਾ ਕੀਤਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ। ਡਿਊਟੀ 'ਚ ਦੋ ਸਾਥੀ ਹੋਰ ਨਾਲ ਲੈ ਕੇ ਆ, ਕਾਰ 'ਤੇ ਆਇਆ, ਅਤੇ ਆਉਂਦਿਆਂ ਸਾਰ ਬੇਸਮਲ ਮਾਰ ਕੇ ਇਹਨਾਂ ਦੀ ਬਾਂਹ ਜਿਹੜੀ ਹੈ ਕੂਹਣੀ ਦੇ ਥੱਲਿਓਂ ਉਹ ਬਿਲਕੁਲ ਹੱਡੀਆਂ ਜਿਹੜੀਆਂ ਤੋੜ ਦਿੱਤੀਆਂ ਗਈਆਂ, ਅਤੇ ਬਾਂਹ ਲਮਕ ਚੁੱਕੀ ਸੀ, ਅਤੇ ਉਹਦਾ ਹਸਪਤਾਲ ਦੇ ਵਿੱਚ ਇਲਾਜ ਹੋ ਰਿਹਾ ਸੀ। ਪਰ ਉੱਥੇ ਕੋਈ ਮੁਲਾਜ਼ਮ ਸਾਨੂੰ ਨਹੀਂ ਦੱਸਿਆ ਜਿਹੜਾ ਇਹਨਾਂ ਦੀ ਦੇਖਭਾਲ ਕਰਨ ਵਾਲਾ ਹੋਵੇ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਫਸਟ ਏਡ ਉਹਨਾਂ ਨੇ ਦਿੱਤੀ ਆ, ਉਸ ਤੋਂ ਬਾਅਦ ਮੁਲਾਜ਼ਮ ਆਏ ਆ, SHO ਸਾਹਿਬ ਵੀ ਆਇਆ, ਉਹਨਾਂ ਨੇ ਪਰਚਾ ਦਰਜ ਕਰਨ ਵਾਸਤੇ ਇਹਨਾਂ ਦੇ ਬਿਆਨ ਦਰਜ ਕੀਤੇ ਆ। ਉਸ ਤੋਂ ਬਾਅਦ ਕੁਛ ਨਹੀਂ ਕੀਤਾ, ਕੋਈ ਇਹਨਾਂ ਦੇ ਇਲਾਜ ਦੀ ਗੱਲ ਨਹੀਂ ਕੀਤੀ ਵੀ ਕਿੱਥੇ ਕਰਵਾਉਣਾ ਕੀ ਕਰਨਾ। ਸਾਰੀ ਰਾਤ ਮੈਂ ਵੀ ਇਹਨਾਂ ਦੇ ਕੋਲ ਹੀ ਰਿਹਾ, ਅਸੀਂ ਸਾਰੀ ਰਾਤ ਡੀਕਦੇ ਰਹੇ, ਕੋਈ ਅਫਸਰ ਜਿਹੜਾ ਕੋਈ ਪਤਾ ਲੈਣ ਨਹੀਂ ਆਇਆ, ਕਿਸੇ ਦਾ ਫੋਨ ਨਹੀਂ ਆਇਆ। ਅਗਲੇ ਦਿਨ ਸੁਬਾਹ ਵੀ ਕੋਈ ਨਹੀਂ ਆਇਆ। ਫਿਰ ਜਦੋਂ ਇਹਨਾਂ ਨੇ ਵੇਖਿਆ ਵੀ ਇੱਥੇ ਮੇਰਾ ਇਲਾਜ ਨਹੀਂ ਹੋਣਾ, ਫਿਰ ਅਸੀਂ ਕੋਈ 1:30-2 ਵਜੇ ਛੁੱਟੀ ਲੈ ਗਏ ਉੱਥੋਂ, ਅਤੇ ਫਿਰ ਇਹ ਆਉਂਦੇ ਵੀ ਮੈਂ ਸਰਸੇ ਮੇਰੀ ਰਿਸ਼ਤੇਦਾਰੀ ਹੈ ਉਹ ਮੈਨੂੰ ਸੰਭਾਲ ਲੈਣਗੇ, ਅਤੇ ਮੈਂ ਜਾਣਾ ਇਹ ਸਰਸੇ ਗਏ, ਉੱਥੇ ਜਾ ਕੇ ਇਹਨਾਂ ਨੇ ਆਪਰੇਸ਼ਨ ਕਰਾਇਆ। ਆਪਰੇਸ਼ਨ ਤੋਂ ਬਾਅਦ ਇਹ ਇਹਨਾਂ ਨੂੰ ਘਰ ਆਇਆਂ ਨੂੰ ਵੀ ਮੇਰਾ ਖਿਆਲ ਮਹੀਨਾ ਉਹੀ ਚੱਲਿਆ, ਪਰ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ। ਜਦੋਂ ਕਿ ਇਹਨਾਂ ਦੇ ਅਫਸਰਾਂ ਦਾ, DSP ਸਾਹਿਬ ਦਾ, SP ਸਾਹਿਬ ਦਾ, SSP ਸਾਹਿਬ ਦਾ ਫਰਜ਼ ਬਣਦਾ ਸੀ ਵੀ ਇਹਨਾਂ ਦੀ ਫੋਨ 'ਤੇ ਮਤਲਬ ਕਿ ਪਤਾ ਲੈਂਦੇ ਇਹਨਾਂ ਦਾ, ਜਾਂ ਇਹਨਾਂ ਦੀ ਕੋਈ, ਜਿਸ ਤਰ੍ਹਾਂ ਕਿ ਪਟਿਆਲੇ ਦੇ ਵਿੱਚ ਇੱਕ ਹਰਜੀਤ ਸਿੰਘ ASI ਜਿਹਦੀ ਕਿ ਬਾਂਹ ਵੱਢੀ ਗਈ ਸੀ, ਉਹ ਬੜਾ ਮੀਡੀਆ ਦੇ ਵਿੱਚ ਵੀ ਉਭਾਰਿਆ ਗਿਆ। ਸਰਕਾਰ ਨੇ ਵੀ ਬਹੁਤ ਮਦਦ ਕੀਤੀ ਵੀ ਮੈਨੂੰ ਤਾਂ ਐਂ ਲੱਗਦਾ ਵੀ ਉਹ ਇਸ ਕਰਕੇ ਕੀਤੀ ਕਿ ਉਹ ਕੈਪਟਨ ਸਾਹਿਬ ਦੇ ਜਿਹੜੇ ਦਾ ਬੰਦਾ ਸੀ, ਇਸ ਕਰਕੇ ਉਹਦੀ ਜ਼ਿਆਦਾ ਕੀਤੀ ਗਈ, ਅਤੇ ਉਹਨੂੰ ਉਹਦਾ ਸਰਕਾਰੀ ਤੌਰ 'ਤੇ ਇਲਾਜ ਕੀਤਾ ਗਿਆ। ਜਦੋਂ ਕਿ ਬਾਂਹ ਕੱਟੀ ਵੀ ਉਹਦੀ ਜੋੜ ਦਿੱਤੀ ਗਈ, ਅਤੇ ਸਾਰਾ ਇਲਾਜ ਕਰਨ ਤੋਂ ਬਾਅਦ ਉਹਨੂੰ ਮਤਲਬ ਪ੍ਰਮੋਸ਼ਨ ਦਿੱਤੀ ਗਈ, ਉਹਦੇ ਬੇਟੇ ਨੂੰ ਨੌਕਰੀ ਵੀ ਦਿੱਤੀ ਗਈ। ਪਰ ਇੱਕ ਪਾਸੇ ਇੱਕ ASI, ਕਿਉਂਕਿ ਉਹ ਵਿਚਾਰਾ ਗਰੀਬ ਪਰਿਵਾਰ 'ਚੋਂ ਸੀ, ਉਹਦੀ ਕਿਸੇ ਨੇ ਬਾਤ ਨਹੀਂ ਪੁੱਛੀ, ਉਹਦਾ ਸਰਕਾਰੀ ਇਲਾਜ ਵੀ ਨਹੀਂ ਕਰਾਇਆ, ਜਿਹੜਾ ਕਿ ਬਣਦਾ ਸੀ ਵੀ ਸਰਕਾਰ ਖੁਦ ਉਹਨਾਂ ਦਾ ਇਲਾਜ ਕਰਾਉਂਦੀ, ਅਤੇ ਜਿੰਨਾ ਚਿਰ ਉਹ ਮਤਲਬ ਕਿ ਡਿਊਟੀ 'ਤੇ ਨਹੀਂ ਜਾ ਸਕਦੇ ਉਨਾ ਚਿਰ ਉਹਨਾਂ ਦੀ ਹਿਫਾਜ਼ਤ ਜਿਹੜੀ ਆ ਉਹ ਸਰਕਾਰ ਦਾ ਫਰਜ਼ ਬਣਦਾ ਸੀ, ਮਹਿਕਮੇ ਦਾ, ਪੁਲਿਸ ਮਹਿਕਮੇ ਦਾ ਬਣਦਾ ਸੀ। ਪਰ ਅੱਜ ਤੱਕ ਕਿਸੇ ਨੇ ਵੀ ਉਹਨਾਂ ਦੀ ਬਾਤ ਨਹੀਂ ਪੁੱਛੀ। ਮੈਂ ਉਹਨਾਂ ਦੇ ਗੁਆਂਢ 'ਚ ਰਹਿੰਦਾ, ਰੋਜ਼ ਪਤਾ ਲੈਂਦੇ ਹਾਂ ਅਸੀਂ,
पर वो आपदे अंदर बूहा बंद करके ते अंदर पए आ ते बाह उन्होंने गल च पाई आ तुसीं वेखी होनी है। इस वास्ते मैं तो बेनती करदा सरकार नूं भी काली वंड ना की जाए। जे तुसीं एक मुलाजम नूं तुसीं प्रमोशन देंदे जे उहदे बेटे नूं नौकरी देंदे जे एक एक मुलाजम की जे बाँह टुट गई तो उहदी बात नहीं पुछी। असीं कैप्टन साहब अगे भी बेनती करते हाँ भी वो इन्हां दे बेटे नूं नौकरी देण, इन्हां नूं प्रमोशन देण, इन्हां दा परिवार नूं संभालण ते तां कि जिहड़ा इन्हां दा पालन पोषण चंगी तरह हो सके। इन्हां नूं ही इस तरह लगे भी सरकार ने साडी भी गल सुनी है, साडे महकमे ने साडी गल सुनी है, पर यह ना होवे भी ये बेचारे उस तरह ही रह जाण ते उहनां दा जिले दा करके थानेदार ते उहदे सारा कुछ किया गया। भावें ये जिले का नहीं गा मुलाजम उन्हां दा सरकार दा मुलाजम आ। मैं हाथ जोड़ के बेनती करदा कैप्टन साहब इन्हां दी सुणो, जिवें उन्हां दी सुनी आ इन्हां दी सुणो। किते ये ना होवे भी साडे शहर दे विच जां इलाके दे विच ये गल होवे भी उह जिले दा करके कीता गया सी, ये जिले दा नहीं सी ते ये दूर दा सी, इस करके इहनूं नहीं पुछया गया। ये लोकां दे विच आम चर्चा भी है। मैं समाजिक जथेबंदियां दे विच काम करदा, हर इक कोले जिहदे कोल गल करी दी आ वो इस गल नूं बहुत माड़ा समझदा भी बहुत माड़ी गल आ जे सरकार ने नहीं गल सुनी। इस वास्ते साडी बेनती आ भी इहनां दी पूरी पूरी गल सुनी जाए, इन्हां दी प्रमोशन दित्ती जाए, इन्हां दे बेटे नूं नौकरी दित्ती जाए, होर जो भी सरकारी सहूलतां बनदियां वो दित्तियां जाण, जिहड़ा इन्हां दा इलाज दा खर्चा वो भी खर्चा इन्हां नूं जिहड़ा दित्ता जाए। शहर दीआं कोई संस्थावां जां साडे डिप्टी स्पीकर ने अजैब सिंह पट्टी जिहड़े इत्थों दे MLA ने उन्हां वल्लों कोई जां जिहड़े तुसीं लोकल दस ही दित्ता वी इहनां दे डिपार्टमेंट वल्लों नहीं कोई आया। राजनीतिक पार्टियां दी गल करिए चलो उन्हां नूं वी हमदर्दी दिखाउणी चाहीदी सी, खास करके डिप्टी स्पीकर अजैब सिंह पट्टी नूं भी इन्हां दी हमदर्दी जतानी चाहीदी सी, इन्हां नाल फोन करके दुख सांझा करना चाहीदा सी। मेरे ख्याल च अणगौलिया कीता गया टोटली। तो शहर दीआं संस्थावां दा की रोल रहा? किसी ने भी मतलब कि नहीं पूछी बिना पत्रकार भाईचारे तो बिना, जो अपने शहर के पत्रकार जां मतलब कि मीडिया कर्मी ने उन्हां सारिआं ने आके इन्हां दा सन्मान कीता कल, पर होर किसी ने भी अज तक इन्हां दी बात नहीं पूछी, ना डिप्टी स्पीकर साहब ने ना किसी होर राष्ट्रीय पार्टी के किसी भी आगू ने किसी भी पार्टी के ने नहीं इन्हां दी बात पूछी, कोई भी इन्हां दे घर नहीं आया। तो इस वास्ते साडी तां बेनती है भी जे डिप्टी स्पीकर साहब भी समझदे आ ते वो समझण भी साडे इलाके दा साडे शहर दा ते वो अगे हो के ये अपने मतलब हत्थां च लै के ते सारा काम इन्हां दा करवाउण ते जो कुछ भी इन्हां नूं बणदा वो दवाउण ते कैप्टन साहब कोले आप जाके उन्होंने करवाना चाहिए। मेरी तो बेनती है उन्होंने भी इस तरह वो करन। जिस तरह का कैप्टन अमरिंदर सिंह ने किया क्योंकि आप देखते हैं वो डॉक्टर के नाल भी लाइव फोन पर गल करते हैं, उन्होंने हाल चाल पूछते हैं, क्योंकि ये ड्यूटी जी हरेक चाहे वह पंजाब पुलिस का मुलाजम है, चाहे वह मीडिया कर्मी है, चाहे डॉक्टर है, चाहे किसी भी डिपार्टमेंट का है, पावरकॉम का भी देखो उन्हों भी सेवावान ने रेगूलर बिजली सप्लाई दे रहे हैं, चाहे कोई भी हैगा उन्हों का हौसला बढ़ाने लिए कैप्टन अमरिंदर सिंह फोन पर लाइव होकर उन्होंने वीडियो कॉलिंग जरिए गल करते हैं, इन्हों भी करनी चाहिए सी, करनी चाहिए सी। DGP साहब आप उत्थे जाते रहे, उन्हों का पता लेंदे रहे, कैप्टन साहब फोन पर गल करते रहे, मतलब कि सारी सरकार ही वो मगर सी, मतलब एक मिनट मिनट तो हर रोज़ खबर आदियां सी। कल तक जदों तक उन्होंने छुट्टी मिली उन्होंने घर पहुँचे, उन्होंने फुलों नाल स्वागत किया गया, बहुत कुछ होया, पर सानू इस गल का ही अफसोस है भी एक मुलाजम वह भी ASI उहदा इन्ना कुछ, एक ASI उहदी बांह टुट गई उन्हूं पुछे ही किसी नहीं, सानू इस गल का अफसोस आ। सो सरकार नूं इधर ध्यान देना चाहिए, जे पिछे कोई गलती हुई है तो उन्हूं सुधार के तो हुण तुरंत जिहड़ा सारियां कारवाइयां करनियां चाहीदियां जी। इस तरह भी करफ्यू लगा हुण करके असीं कुछ कर नहीं सके, जिस दिन भी करफ्यू खुल गया असीं मुक्तसर SSP साहब नूं मिलांगे, DG साहब नूं मिलांगे, उन्हां दे ध्यान च गल लवांगे भी क्यों नहीं होया काम, क्यों अणगौलिया किया गया। जिले के उन्हां नाल गल हो गई आ, वो कहिंदे भी जिस दिन भी अपना मौका बनिया आपां मुक्तसर जाके तो गल करांगे, तो असीं जे सानूं कोई होर भी कोई करना पिया तो असीं जथेबंदियां वालों जरूर कोशिश करांगे भी इन्हां नूं हक दिवाउण दी, जिन्ना चिर हक नहीं मिलता असीं उन्ना चिर लड़न की कोशिश करांगे। साडे नाल हरजीत सिंह सीगे जिहड़े टैक्नीकल सर्विस यूनियन दे सब डिवीजन दे सबका मीत प्रधान ने ते समाज सेवी संस्थावां नाल जुड़े हुए ने, इन्हां ने भी बहुत वधिया गल कीती है भी पंजाब सरकार दा हरेक मुलाजम उहदे लई अपॉइंटेंट है, जिवें हरजीत सिंह है खासकर पटियाले दा रहण वाला, उहनूं पटियाले दा रहण करके क्योंकि CM दा हलका है, CM ने आपदे हलके दे मुलाजमां नूं VIP ट्रीटमेंट दित्ती है, जबकि दूजे हलके दे मुलाजमां नूं अणगौलिया कीता गया, जिस दी मिसाल थानेदार किशन लाल तो मिलती है। कैमरा परसन संदीप खटक के नाल हरदीप सिंह खालसा, प्राइम पंजाब न्यूज़, मलोट।